ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੁਸੀਂ ਵੇਖ ਰਹੇ ਹੋ। ਮੈਂ ਪਰਮ ਸਿੰਘ, ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਹਰ ਰੋਜ਼ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ। ਆਓ ਪਹਿਲੋਂ ਕਰਦੇ ਪੰਨੂ ਸਾਹਿਬ ਦਾ ਸਵਾਗਤ ਤੇ ਉਸ ਤੋਂ ਬਾਅਦ ਕਰਾਂਗੇ ਖਬਰਾਂ ਤੇ ਚਰਚਾ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਪਰਮ ਜੀ, ਮੈਂ ਤੁਹਾਨੂੰ ਸਵਾਲਾਂ ਦਾ ਮੌਕਾ ਅਜੇ ਨਹੀਂ ਦੇਣਾ ਚਾਹੁੰਦਾ, ਉਸ ਤੋਂ ਪਹਿਲਾਂ ਜ਼ਰੂਰੀ ਗੱਲ ਕਰਨੀ ਚਾਹੁੰਦਾ ਜੀ। ਵੈਸੇ ਮੇਰਾ ਦਿਲ ਕਰਦਾ ਕਿ ਕਿਸੇ ਦਿਨ ਮੈਂ ਸਿੱਖਿਆ ਮਹਿਕਮੇ ਬਾਰੇ ਕੁਛ ਉਚੇਚਾ ਪ੍ਰੋਗਰਾਮ ਕਰਾਂ ਜੀ। ਸਿੱਖਿਆ ਮਹਿਕਮੇ ਦਾ ਪੱਠਾ ਬਿਠਾਇਆ ਪਿਆ ਕੁਛ ਲੋਕਾਂ ਨੇ ਜੀ, ਅਫਸਰਸ਼ਾਹੀ 'ਚੋਂ ਕੁਛ ਵਿਗੜੇ ਲੋਕ, ਕਾਲਜਾਂ ਸਕੂਲਾਂ 'ਚ ਬੱਚੇ ਪੜ੍ਹਾਉਣ ਦੀ ਥਾਂ ਦਫ਼ਤਰਾਂ ਵਿੱਚ ਉੱਚੀਆਂ ਪਦਵੀਆਂ 'ਤੇ ਜਾ ਬੈਠੇ, ਔਰ ਜੋ ਕੁਝ ਉੱਥੇ ਕਰਦੇ ਪਏ ਆ, ਜਿਹਨੂੰ ਆਪ ਨੂੰ ਲੱਖਾਂ ਦਾ ਜੁਰਮਾਨਾ ਲੱਗਾ, ਆਪ ਜੁਰਮਾਨਾ ਭਰਨ ਦੀ ਥਾਂ ਉਹ ਚਿੱਠੀ ਲੁਧਿਆਣੇ ਨੂੰ ਤੋਰ ਦਿੰਦਾ ਜੀ, ਲੱਭਦੇ ਰਹੋ ਜੀ ਕਿੱਥੇ ਚਲੀ ਗਈ ਚਿੱਠੀ, ਉਹ ਵੀ ਆ। ਪਰ ਸਾਰੇ ਦਾ ਸਾਰਾ ਐਜੂਕੇਸ਼ਨ ਮਹਿਕਮਾ ਗਰਕ ਨਹੀਂ ਹੋ ਗਿਆ, ਜਿਹੜੀਆਂ ਇਹਦੇ 'ਚ ਕਿਰਨਾਂ ਫੁੱਟਦੀਆਂ ਨੇ ਜੀ, ਜਿਹੜੀਆਂ ਰੋਸ਼ਨ ਮਿਸਾਲਾਂ ਨੇ, ਮੈਂ ਉਹਨਾਂ ਦੀ ਕਦੇ ਕਦੇ ਗੱਲ ਕਰਦਾ ਹੁੰਦਾ। ਅੱਗੇ ਇੱਕ ਵਾਰੀ ਮੈਂ ਇੱਕ ਪਿੰਡ ਦੇ ਸਕੂਲ ਦੀ ਗੱਲ ਕੀਤੀ ਸੀ ਜਿੱਥੇ ਮੀਆਂ ਬੀਬੀ ਟੀਚਰ ਨੇ ਜੀ, ਉਹਨਾਂ 'ਚੋਂ ਇੱਕ ਦੀ ਤਨਖਾਹ ਘਰ ਜਾਂਦੀ, ਇੱਕ ਦੀ ਤਨਖਾਹ ਸਕੂਲ 'ਤੇ ਲਾਈ ਜਾਂਦੇ ਆ, ਔਰ ਉਹਨਾਂ ਸਕੂਲ ਦੀ ਹਾਲਤ ਸਰਕਾਰੀ ਸਕੂਲ ਦੀ ਹਾਲਤ ਨਹੀਂ ਸੁਧਾਰੀ ਕਿ ਇੱਕ ਡਿਪਟੀ ਕਮਿਸ਼ਨਰ ਸਾਹਿਬ ਨੇ ਵੀ ਆਪਣੇ ਬੱਚੇ ਪ੍ਰਾਈਵੇਟ ਸਕੂਲ 'ਚੋਂ ਹਟਾ ਕੇ ਉੱਥੇ ਦਾਖਲ ਕਰਾਤੇ ਸੀ ਜੀ। ਇੱਦਾਂ ਦੇ ਅਧਿਆਪਕ ਜਿਹੜੇ, ਉਹਨਾਂ ਨੂੰ ਪ੍ਰਣਾਮ ਕਰਨ ਨੂੰ ਦਿਲ ਕਰਦਾ। ਅੱਜ ਹੁਣ ਫਿਰ ਮੇਰੇ ਕੋਲ ਇੱਕ ਮਿਸਾਲ ਆਈ ਆ, ਜ਼ੀਰੇ ਦੇ ਵਿੱਚ ਸ਼ਹੀਦ ਗੁਰਦਾਸ ਰਾਮ ਸੀਨੀਅਰ ਸੈਕੰਡਰੀ ਗਰਲ ਸਕੂਲ ਆ ਜੀ, ਉੱਥੇ ਟੀਚਰ ਰਕੇਸ਼ ਕੁਮਾਰ ਨੇ, ਖੈਟ ਨੇ, ਜਿਹੜਾ ਇਹ ਕਹਿੰਦੇ ਨੇ ਬੰਦਾ ਕਰੇ ਕਿ ਸਾਡਾ ਤਾਂ ਸਿਸਟਮ ਕਰਪਟ ਆ, ਸਭ ਕੁਛ ਸਤਿਆਨਾਸ ਆ, ਕੁਝ ਹੋ ਨਹੀਂ ਸਕਦਾ ਜੀ, ਉਸ ਬੰਦੇ ਦੀ ਹਿੰਮਤ ਹੈ, ਉਹਨੇ ਸਕੂਲ 'ਚ ਕਰਕੇ ਵਿਖਾ ਦਿੱਤਾ। 2021 'ਚ ਉਸ ਸਕੂਲ 'ਚ ਆਏ ਜੀ, ਉਦੋਂ ਸਿਰਫ 700 ਬੱਚੇ ਸਨ। ਸਕੂਲ ਉਹ ਆ ਜਿਹਨੂੰ ਪੰਜਾਬ ਸਰਕਾਰ ਨੇ ਟਰਾਂਸਪੋਰਟੇਸ਼ਨ ਸਕੀਮ ਅੰਡਰ ਲਿਆਂਦਾ, ਆਵਾਜਾਈ ਦਾ ਸਾਧਨ ਜਿਹੜਾ ਉਹ ਲੈ ਕੇ ਦਿੱਤਾ ਜੀ। ਉੱਥੇ 3 ਸਾਲਾਂ ਦੇ ਅੰਦਰ ਅੰਦਰ ਇੰਨਾ ਕੰਮ ਉਹਨਾਂ ਨੇ ਕੀਤਾ ਕਿ 700 ਬੱਚਿਆਂ ਦੀ ਥਾਂ 'ਤੇ ਅੱਜ ਉੱਥੇ 2200 ਬੱਚੇ ਨੇ ਜੀ, ਉਹ ਸ਼ਹਿਰ ਦੇ ਬੱਚੇ ਵੀ ਨੇ, ਨੇੜੇ ਤੇੜੇ ਦੇ 68 ਪਿੰਡਾਂ ਦੇ ਬੱਚੇ ਉੱਥੇ ਪੜ੍ਹਦੇ ਨੇ। ਰਕੇਸ਼ ਕੁਮਾਰ ਹੋਰਾਂ ਦੇ ਬਾਰੇ 'ਚ ਮੈਨੂੰ ਪਤਾ ਇਹ ਲੱਗਾ ਕਿ ਉਹਨਾਂ ਪਿਛਲੇ ਸਾਲ ਇਹ ਕਹਿਤਾ ਕਿ ਬੱਚਿਓ ਪੜ੍ਹਾਉਂ ਤੁਹਾਨੂੰ ਬੇਟਾ ਮੈਂ ਜੀ, ਪੜ੍ਹਨਾ ਤੁਸੀਂ, ਜਿਹੜੇ ਬੱਚੇ ਮੈਰਿਟ 'ਤੇ ਆਉਣਗੇ ਜੀ ਅਤੇ ਸਕੂਲ ਦਾ ਨਾਂ ਉੱਚਾ ਕਰਨਗੇ, ਉਹਨਾਂ ਵਾਸਤੇ ਮੈਂ ਨਿੱਜੀ ਤੌਰ 'ਤੇ ਇਹੋ ਜਿਹਾ ਨਾਮ ਦੇਣਾ ਚਾਹੁੰਦਾ ਜਿਹੜਾ ਯਾਦਗਾਰੀ ਹੋਵੇ। ਦੱਸੋ ਕੀ ਚਾਹੀਦਾ ਜੀ, ਸ਼ਾਬਾਸ਼ ਤੁਹਾਨੂੰ ਮਿਲੇਗੀ, ਦੱਸੋ ਕੀ ਚਾਹੀਦਾ। ਕਿਸੇ ਨੇ ਕੁਝ ਆਖਿਆ, ਕਿਸੇ ਨੇ ਕੁਝ ਆਖਿਆ, ਇੱਕ ਬੱਚੀ ਨੇ ਆਖਿਆ ਸਰ ਸਾਨੂੰ ਹਵਾਈ ਜਹਾਜ਼ ਦਾ ਝੂਟਾ ਦਵਾ ਦਿਓ। ਉਹਨੇ ਕਿਹਾ ਹਵਾਈ ਜਹਾਜ਼ ਦਾ ਝੂਟਾ ਵੀ ਤੁਹਾਨੂੰ ਮਿਲੂ। ਪਹਿਲੇ ਸਾਲ 3 ਬੱਚੇ ਮੈਰਿਟ ਦੇ ਆਏ ਸਕੂਲ 'ਤੇ, ਪਿਛਲੇ ਸਾਲ ਜੀ 3 ਬੱਚਿਆਂ ਨੂੰ ਲੈ ਕੇ ਰਕੇਸ਼ ਕੁਮਾਰ ਜੀ ਨਾਲ ਕਿਸੇ ਹੋਰ ਟੀਚਰ ਨੂੰ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ, ਦਿੱਲੀ ਤੋਂ ਗੋਆ ਗਏ। ਸਾਰਾ ਖਰਚਾ ਆਪਣੀ ਜੇਬ 'ਚੋਂ ਕੀਤਾ ਕਿ ਮੈਂ ਇਹਨਾਂ ਬੱਚਿਆਂ ਨਾਲ ਵਾਅਦਾ ਕੀਤਾ ਸੀ ਜੀ। ਉਹਦਾ ਨਤੀਜਾ ਇਹ ਨਿਕਲਿਆ ਕਿ ਬੱਚਿਆਂ ਨੇ ਉਤਸ਼ਾਹ ਨਾਲ ਪੜ੍ਹਾਈ ਕੀਤੀ,
ਇਸ ਇੱਕੋ ਸਾਲ 'ਚ 3 ਦੇ ਬਜਾਏ 18 ਬੱਚੀਆਂ ਜਿਹੜੀਆਂ ਨੇ ਮੈਰਿਟ 'ਤੇ ਆਈਆਂ। ਰਕੇਸ਼ ਕੁਮਾਰ ਹੋਰਾਂ ਦੀ ਸਿਹਤ ਠੀਕ ਨਹੀਂ, ਆਪ ਉਹ ਜਾ ਨਹੀਂ ਸਕੇ, ਨਾਲ ਸਟਾਫ ਮੈਂਬਰਸ ਨੂੰ ਭੇਜਿਆ। 18 ਦੇ 18 ਬੱਚਿਆਂ ਨੂੰ ਅੰਮ੍ਰਿਤਸਰ ਤੋਂ ਆਪਣੀ ਜੇਬ 'ਚੋਂ ਪੱਲਿਓਂ ਖਰਚਾ ਦੇ ਕੇ ਟਿਕਟਾਂ ਲੈ ਕੇ ਦਿੱਲੀ ਭੇਜਿਆ ਗਿਆ, ਜਿੱਥੇ ਜਿੱਥੇ ਘੁੰਮਣਾ ਸੀ ਘੁੰਮਾ ਕੇ ਲਿਆਂਦਾ ਗਿਆ। ਸਾਨੂੰ ਇਹ ਖੁਸ਼ੀ ਹੈ ਕਿ ਇਹੋ ਜਿਹੇ ਸਮਰਪਣ ਦੀ ਭਾਵਨਾ ਵਾਲੇ ਟੀਚਰ ਵੀ ਸਾਡੇ ਕੋਲ ਹੈਗੇ ਨੇ ਜੀ। ਉਸ ਸਕੂਲ ਵਾਸਤੇ, ਉਸ ਸਕੂਲ ਦੇ ਵਿੱਚ ਇੰਟਰਨੈਸ਼ਨਲ ਬਾਕਸਿੰਗ ਰਿੰਗ ਹੈ, ਉਹਨਾਂ ਦੇ ਬੱਚਿਆਂ ਦੀਆਂ ਵੀ ਪ੍ਰਾਪਤੀਆਂ। ਇੱਕ ਉੱਥੇ ਕੋਚ ਹੈ ਜਿਹੜੀ ਆਪ ਇੰਟਰਨੈਸ਼ਨਲ ਪਲੇਅਰ ਰਹਿ ਚੁੱਕੇ ਜੀ, ਉਹ ਇਹਨਾਂ ਬੱਚੀਆਂ ਨੂੰ ਕੋਚਿੰਗ ਦਿੰਦੀ ਹੈ। ਉਹਦਾ ਨਾਮ ਮੈਂ ਪਤਾ ਨਹੀਂ ਕਰ ਸਕਿਆ, ਜੇ ਮੈਂ ਪਤਾ ਲੱਗ ਗਿਆ ਤਾਂ ਬਾਅਦ 'ਚ ਵੀ ਦੱਸ ਦਿਆਂਗਾ। ਉਹਦੇ ਵਾਸਤੇ ਕਾਫੀ ਸਾਰਾ ਖਰਚਾ ਇਹਨਾਂ ਨੇ ਇੱਧਰੋਂ ਉੱਧਰੋਂ ਕੀਤਾ। ਕ੍ਰਿਸ਼ਨ ਕੁਮਾਰ ਹੋਰ ਜਦੋਂ ਸਿੱਖਿਆ ਮਹਿਕਮੇ ਨਾਲ ਜੁੜੇ ਸਨ ਜੀ, 2 ਲੱਖ ਰੁਪਏ ਉਹਨਾਂ ਵੀ ਦਿੱਤੇ। ਅੱਜ ਉਹ ਬਾਕਸਿੰਗ ਰਿੰਗ ਜੇ ਇੰਨੇ ਚੰਗੇ ਸਿੱਟੇ ਕੱਢ ਰਿਹਾ, ਇਹ ਜੋ ਕੁਛ ਹੋ ਰਿਹਾ ਸਾਰਾ ਕੁਛ, ਮੈਂ ਸਾਰੇ ਕੀਤੇ ਕਤਰੇ ਦਾ ਕ੍ਰੈਡਿਟ ਰਕੇਸ਼ ਕੁਮਾਰ ਨੂੰ ਨਹੀਂ ਦਿੰਦਾ ਜੀ। ਜੇ ਬਾਕੀ ਦੇ ਅਧਿਆਪਕਾਂ ਨੇ ਨਾਲ ਸਾਥ ਨਾ ਦਿੱਤਾ ਹੋਵੇ, ਸਾਰੀ ਟੀਮ ਸਮਰਪਣ ਦੀ ਭਾਵਨਾ ਨਾਲ ਨਾ ਲੱਗੀ ਹੋਵੇ, ਇਕੱਲਾ ਬੰਦਾ ਇੰਨਾ ਕੁਛ ਨਹੀਂ ਕਰ ਸਕਦਾ। ਪਰ ਇਕੱਲਾ ਬੰਦਾ ਜੋ ਕਰ ਸਕਦਾ ਉਹ ਇਹ ਹੈ ਕਿ ਆਪ ਉਹਨਾਂ ਦੇ ਸਾਹਮਣੇ ਮਿਸਾਲ ਬਣੇ। ਉਹਨੇ ਮਿਸਾਲ ਬਣ ਕੇ ਆਪਣੀ ਜੇਬ 'ਚੋਂ ਖਰਚਾ ਕਰਕੇ ਉਹਨਾਂ ਬੱਚੀਆਂ ਨੂੰ ਆਪਣੀਆਂ ਧੀਆਂ ਵਾਲਾ ਪਿਆਰ ਦਿੱਤਾ। ਜੇ ਉਹਨਾਂ 'ਚੋਂ ਇੱਕ ਬੱਚੀ ਦੇ ਮੂੰਹੋਂ ਨਿਕਲਿਆ ਕਿ ਸਾਨੂੰ ਹਵਾਈ ਜਹਾਜ਼ ਦਾ ਝੂਟਾ ਦਵਾਓਗੇ, ਤਾਂ ਉਹ ਵੀ ਉਹਨਾਂ ਦੀ ਇੱਛਾ ਪੂਰੀ ਕੀਤੀ ਜੀ। ਜੇ ਉਹਨੇ ਅੱਗੇ ਲੱਗ ਕੇ ਕੰਮ ਕੀਤਾ, ਸਟਾਫ ਪਹਿਲਾਂ ਵੀ ਸੀ, ਪਹਿਲੇ ਜਿਹੜੇ ਮੁਖੀ ਸਨ ਉਹ ਕਿਉਂ ਨਾ ਕਰਵਾ ਸਕੇ, ਅਤੇ ਜੇ ਹੁਣ ਉਹਨੇ ਕੀਤਾ। ਹੁਣ ਇਹ 'ਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਇਹੋ ਜਿਹੇ ਅਧਿਆਪਕ ਸਾਡੇ ਸਤਿਕਾਰ ਦੇ ਹੱਕਦਾਰ ਨੇ ਜੀ, ਉਹਨਾਂ ਨੂੰ ਸਨਮਾਨ ਮਿਲਣਾ ਚਾਹੀਦਾ। ਮੈਂ ਪਿਛਲਿਆਂ ਸਮਿਆਂ 'ਚ ਕਈ ਵਾਰ ਵੇਖਿਆ ਇੱਦਾਂ ਦੇ ਚੰਗੇ ਅਧਿਆਪਕਾਂ 'ਚੋਂ ਕਿਸੇ ਦਾ ਨਾਂ ਭੇਜਿਆ ਜਾਵੇ ਕਿ ਇਹਨੂੰ ਸਨਮਾਨਿਤ ਕਰੋ, ਉਹਦਾ ਨਾਂ ਰਹਿ ਜਾਂਦਾ। ਬਾਅਦ 'ਚ ਕਹਿੰਦੇ ਜੀ ਉਹਨੇ ਪੈਰਵੀ ਨਹੀਂ ਕੀਤੀ। ਉਹ ਕਿਉਂ ਕਰੇ ਪੈਰਵੀ? ਉਹ ਸਮਾਜ ਦੀ ਸੇਵਾ ਕਰੇ ਕਿ ਤੁਹਾਡੇ ਮਗਰ ਮਗਰ ਭੱਜ ਕੇ ਪੈਰਵੀ ਕਰਦਾ ਫਿਰੇ ਜੀ? ਅਤੇ ਉਹਨਾਂ ਨੂੰ ਸਨਮਾਨ ਮਿਲ ਜਾਂਦੇ ਆ ਜੀ, ਜਿਹੜੇ ਕਰਦੇ ਕੁਛ ਨਹੀਂ ਸਿਰਫ ਪੈਰਵੀ ਕਰਦੇ। ਪੈਰਵੀ ਮੈਨੂੰ ਇਹੋ ਜਿਹੀ ਇੱਕ ਅੰਮ੍ਰਿਤਸਰ ਦੀ ਡਾਕਟਰ ਦਾ ਪਤਾ, ਜਿਹੜੀ ਫਰੀਦਕੋਟ ਤੋਂ ਆ ਰਹੀ ਸੀ, ਰਸਤੇ 'ਚ ਐਕਸੀਡੈਂਟ ਹੋਇਆ, ਵੇਖ ਕੇ ਉਹ ਜ਼ਖਮੀਆਂ ਨੂੰ ਸੰਭਾਲਣ ਲੱਗ ਪਈ ਕਿ ਇਹਨਾਂ ਦੀ ਜਾਨ ਬਚ ਜਾਵੇ। ਧੁੰਦ ਸੀ, ਉਹਨੇ ਚਿਰ ਨੂੰ ਪਿੱਛੋਂ ਇੱਕ ਵੱਡੀ ਗੱਡੀ ਉਹਦੇ ਵਿੱਚ ਆ ਵੱਜੀ, ਉਹ ਸਾਰੀ ਉਮਰ ਲਈ ਤੁਰਨ ਫਿਰਨ ਤੁਆਰੀ ਹੋ ਗਈ। ਮੈਂ ਪਿਛਲੀ ਸਰਕਾਰ ਦੇ ਵਕਤ ਦੀਆਂ ਗੱਲਾਂ, ਸਿਫਾਰਿਸ਼ ਭੇਜੀ ਸਰਕਾਰ ਨੂੰ ਕਿ ਉਹਨੂੰ ਸਨਮਾਨਿਤ ਕਰਨਾ ਚਾਹੀਦਾ, ਕਿ ਇਹੋ ਜਿਹੇ ਮੌਕੇ 'ਤੇ ਉਹਨੇ ਆਹ ਕੁਛ ਕੀਤਾ, ਅਤੇ ਜਦੋਂ ਇੰਨੀ ਸੱਟ ਖਾਣ ਤੋਂ ਬਾਅਦ ਵੀ ਲੋਕਾਂ ਦੀ ਸੇਵਾ ਕਰ ਰਹੀ ਹੈ। ਸਰਕਾਰ ਨੇ ਮੇਰੀ ਸਿਫਾਰਿਸ਼ ਦੇ ਉੱਤੇ, ਸਿਫਾਰਿਸ਼ ਨਹੀਂ, ਮੇਰੀ ਬੇਨਤੀ 'ਤੇ ਜਾਂ ਮੇਰੇ ਤਰਲੇ 'ਤੇ ਉਹਨੂੰ ਸਨਮਾਨ ਦੇਣਾ ਮੰਨ ਲਿਆ। ਪਰ ਸਨਮਾਨ ਕੀਤਾ, ਮੌਕੇ 'ਤੇ ਡਿਪਟੀ ਕਮਿਸ਼ਨਰ ਦਫ਼ਤਰ ਨੇ ਇੱਕ ਚਪੜਾਸੀ ਦੇ ਹੱਥ ਉਹਦੇ ਘਰ ਟਰਾਫੀ ਭੇਜ ਦਿੱਤੀ। ਮੈਨੂੰ ਪਤਾ ਲੱਗਾ, ਮੈਂ ਉਹਨੂੰ ਕਿਹਾ ਭੁਆ ਕੇ ਮਾਰੋ ਨਾ, ਕੋਈ ਇਹੋ ਜਿਹਾ ਸਨਮਾਨ ਸਾਨੂੰ ਨਹੀਂ ਚਾਹੀਦਾ, ਲੈ ਜਾ। ਜਦੋਂ ਮੋੜ ਦਿੱਤਾ ਗਿਆ, ਰੌਲਾ ਪਿਆ, ਮੀਡੀਆ 'ਚ ਗੱਲ ਆਈ, ਅਗਲੇ ਦਿਨ DC ਸਾਹਿਬ ਉੱਥੇ ਚਲੇ ਗਏ। ਇਹ ਜਿਹੜੀ ਗੱਲ ਹੈ, ਸਾਡੇ ਕੋਲ ਜਿਹੜੇ ਲੋਕ ਸਨਮਾਨ ਦੇ ਕਾਬਲ ਨੇ, ਜਿਹੜੇ ਕੰਮ ਕਰਦੇ ਨੇ, ਅਸੀਂ ਉਹਨਾਂ ਨੂੰ ਅੱਖੋਂ ਪਰੋਖਾ ਕਰ ਰਹੇ ਹਾਂ। ਜਿਸ ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਜਿਹੜੇ ਸਨਮਾਨ ਦੇ ਹੱਕਦਾਰ ਆ, ਉਹਨਾਂ ਹੱਕਦਾਰਾਂ ਦਾ ਸਨਮਾਨ ਕਰਨਾ ਪਵੇਗਾ। ਮੈਂ ਚਾਹੂੰਗਾ ਕਿ ਸਿੱਖਿਆ ਮੰਤਰੀ ਸਾਹਿਬ ਆਪਣੀ ਉਚੇਚੀ ਟੀਮ ਇਹੋ ਜਿਹੇ ਸਕੂਲਾਂ 'ਚ ਭੇਜਣ ਜਿੱਥੇ ਇੱਦਾਂ ਦਾ ਕੰਮ ਹੁੰਦਾ ਪਿਆ। ਕਹਿੰਦੇ ਆ ਕਿ ਸਕੂਲ ਨਮੂਨੇ ਦਾ ਸਕੂਲ ਬਣਿਆ ਪਿਆ,
ਜੇ ਇਹੋ ਜਿਹਾ ਸਕੂਲ ਹਾਈਲਾਈਟ ਕਰਨਾ ਹੋਵੇ, ਮੈਂ ਕੋਸ਼ਿਸ਼ ਕਰੂੰਗਾ ਕਿ ਪ੍ਰਾਈਮ ਏਸ਼ੀਆ ਦੀ ਟੀਮ ਹੀ ਉੱਥੇ ਭੇਜੀਏ। ਸਾਡੇ ਵੱਲੋਂ ਰਕੇਸ਼ ਕੁਮਾਰ ਇਕੱਲੇ ਨਹੀਂ, ਉੱਥੋਂ ਦੇ ਸਾਰੇ ਸਟਾਫ ਨੂੰ ਜੀ ਵਧਾਈ, ਉੱਥੋਂ ਦੇ ਸਾਰੇ ਬੱਚਿਆਂ ਨੂੰ ਵਧਾਈ। ਮੈਂ ਫਿਰ ਕਹਿੰਦਾ ਕੰਮ ਕੀਤਾ ਜਾਵੇ, ਸਿੱਟੇ ਨਿਕਲਦੇ। ਪਰ ਸਾਹਿਬ, ਫਗਵਾੜੇ ਦੇ ਵਿੱਚ ਟਰੈਕਟਰਾਂ ਦੀ ਰੇਸ ਕਰਾਈ ਗਈ ਆ, ਸਟੰਟਬਾਜ਼ੀ ਹੋਈ ਆ ਔਰ ਲੋਕ ਜ਼ਖਮੀ ਵੀ ਹੋਏ ਨੇ। ਇੱਦਾਂ ਦੇ ਹਾਦਸੇ ਪਹਿਲਾਂ ਵੀ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇ ਨੇ, ਹਾਲਾਂਕਿ ਇੱਥੇ ਸਰਕਾਰ ਨੇ ਰੋਕ ਵੀ ਲਗਾਈ ਆ, ਪਰ ਫਿਰ ਵੀ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ। ਇਸ ਸਭ ਨੂੰ ਤੁਸੀਂ ਕਿਵੇਂ ਦੇਖਦੇ? ਮੈਂ ਇਸ ਮਾਮਲੇ ਨੂੰ ਇਹੋ ਜਿਹੀ ਸਟੰਟਬਾਜ਼ੀ ਨੂੰ ਬਦਤਮੀਜ਼ੀ ਸਮਝਦਾ। ਇਹਨੇ ਪਿਛਲੇ ਸਮੇਂ 'ਚ ਬਹੁਤ ਨੁਕਸਾਨ ਕੀਤਾ ਜੀ। ਇੱਥੇ ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਮੁੰਡਾ ਟਰੈਕਟਰ ਦੇ ਸਟੰਟ ਕਰਦਾ ਕਰਦਾ ਆਪਣੇ ਟਰੈਕਟਰ ਥੱਲੇ ਆ ਕੇ ਮਰ ਗਿਆ ਸੀ ਜੀ। ਸਾਡੇ ਬਹੁਤ ਸਾਰੇ ਕਿਸਾਨ ਝੋਨਾ ਬੀਜਣ ਤੋਂ ਪਹਿਲਾਂ ਕੱਦੂ ਕਰਦੇ ਆ, ਕਈ ਵਾਰੀ ਟਰੈਕਟਰ ਉਲਟ ਜਾਂਦਾ, ਥੱਲੇ ਆ ਕੇ ਮਰ ਜਾਂਦੇ ਨੇ। ਸਾਨੂੰ ਦੁੱਖ ਉਹਨਾਂ ਦਾ ਵੀ ਆ, ਪਰ ਉਹ ਕਿਰਤ ਕਰਦਿਆਂ, ਮਿਹਨਤ ਕਰਦਿਆਂ, ਖੇਤਾਂ 'ਚ ਕੰਮ ਕਰਦਿਆਂ ਮੌਤ ਹੁੰਦੀ। ਆਹ ਜਿਹੜਾ ਅੱਜ ਕੱਲ੍ਹ ਕੰਮ ਚੱਲ ਪਿਆ, ਕੋਈ ਮੋਟਰਸਾਈਕਲ ਲੈਂਦਾ ਸ਼ਹਿਰ 'ਚ ਪਟਾਕੇ ਭੂੰ ਭੂੰ ਕਰਦਾ, ਜਦੋਂ ਭੀੜ ਵਾਲੇ ਬਾਜ਼ਾਰਾਂ ਤੋਂ ਲੰਘਦਾ ਤਾਂ ਹੱਥ ਛੱਡ ਕੇ ਫਿਰ ਉਹਦੇ ਉੱਤੇ ਖਲੋ ਕੇ ਲੋਕਾਂ ਨੂੰ ਵਿਖਾਉਂਦਾ, ਫਿਰ ਕੋਈ ਹੱਥ ਛੱਡ ਕੇ ਪੱਗ ਠੀਕ ਕਰਨਾ ਪਿਆ ਨਾਲ ਵੇਖਦਾ ਵੀ ਮੈਨੂੰ ਵੇਖਦੇ ਸਾਰੇ, ਕੋਈ ਹੱਥ ਛੱਡ ਕੇ ਮੋਟਰਸਾਈਕਲ ਚੱਲਦੇ ਅਤੇ ਜਾਣ ਕੇ ਐਨ ਨੰਬਰ ਬਣਾਉਂਦਾ ਲੋਕਾਂ ਨੂੰ ਵਿਖਾਉਣ ਵਾਸਤੇ। ਮੇਰੇ ਕੋਲ ਵੀਡੀਓ ਪਈਆਂ ਨੇ, ਚਾਰ ਚਾਰ ਜਣੇ ਨੇ ਮੋਟਰਸਾਈਕਲ 'ਤੇ ਚੜ੍ਹੇ, ਚਾਰੇ ਜਣੇ ਜਿਹੜੇ ਆ ਮੋਬਾਈਲ 'ਤੇ ਨੰਬਰ ਬਣਾਉਂਦੇ ਜਾਂਦੇ, ਮੋਟਰਸਾਈਕਲ ਆਪਣੇ ਆਪ ਚੱਲਦਾ ਜਾ ਰਿਹਾ। ਅੱਜ ਹੁਣ ਜਿਹੜੀ ਸਟੰਟਬਾਜ਼ੀ ਕੀਤੀ ਗਈ ਹੈ, ਮੇਰੀ ਜਾਣਕਾਰੀ ਮੁਤਾਬਕ ਇਹੋ ਜਿਹੀ ਸਟੰਟਬਾਜ਼ੀ ਦੀ ਆਗਿਆ ਨਹੀਂ। ਇਹ ਜਿਹੜੇ ਸਟੰਟਬਾਜ਼ੀ ਕਰਦੇ ਨੇ ਅਤੇ ਜਿਹੜੇ ਕਰਾਉਂਦੇ ਨੇ, ਉਹਨਾਂ ਸਾਰਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਅੱਜ ਹੁਣ ਐਡਾ ਵੱਡਾ ਐਕਸੀਡੈਂਟ ਹੋ ਗਿਆ, ਟਰੈਕਟਰ ਲੋਕਾਂ 'ਚ ਜਾ ਵੜਿਆ, ਬਾਅਦ 'ਚ ਪੁਲਿਸ ਚਲੀ ਗਈ। ਪੁਲਿਸ ਵਾਲਿਆਂ ਨੂੰ ਵੀ ਪੁੱਛਣਾ ਚਾਹੀਦਾ ਕਿ ਤੁਸੀਂ ਉੱਥੇ ਬੈਠੇ ਹੋ, ਤੁਹਾਨੂੰ ਨਹੀਂ ਪਤਾ ਇੱਥੇ ਐਡਾ ਵੱਡਾ ਮੇਲਾ ਲੱਗਦਾ ਪਿਆ? ਉਸ ਇਲਾਕੇ ਦਾ SHO, ਉਸ ਇਲਾਕੇ ਦਾ ਚੌਂਕੀ ਇੰਚਾਰਜ, ਉਸ ਇਲਾਕੇ ਦਾ ਬੀਟ ਇੰਚਾਰਜ, ਕੋਈ ਹਵਾਲਦਾਰ, ਕੋਈ SI, ਕੋਈ ਥਾਣੇਦਾਰ, ਕਿਸੇ ਨਹੀਂ ਪਤਾ ਲੱਗਾ ਕਿ ਤੁਸੀਂ ਅਮਨ ਕਾਨੂੰਨ ਕਿੱਦਾਂ ਚੈੱਕ ਕਰੋਗੇ? ਤੁਹਾਨੂੰ ਇਹ ਚੈੱਕ ਕਰਨਾ ਚਾਹੀਦਾ, ਤੁਸੀਂ ਕਰ ਨਹੀਂ ਸਕੇ, ਕਿਉਂਕਿ ਤੁਸੀਂ ਕਰ ਨਹੀਂ ਸਕੇ, ਇਹਦਾ ਨਤੀਜਾ ਇਹ ਨਿਕਲਿਆ ਕਿ ਇੰਨੇ ਲੋਕ ਅਜੇ ਜ਼ਖਮੀ ਹੋਏ ਜੀ। ਜੇ ਤੁਸੀਂ ਇਹੋ ਜਿਹੀਆਂ ਖੁੱਲ੍ਹਾਂ ਦਿਓਗੇ, ਕੱਲ੍ਹ ਨੂੰ ਕੋਈ ਬੰਦਾ ਮਰ ਸਕਦਾ। ਤੁਹਾਡਾ ਕੀ, ਤੁਸੀਂ ਵੱਧ ਤੋਂ ਵੱਧ ਇੱਕ ਪਰਚਾ ਦਰਜ ਕਰ ਦਿਓਗੇ? ਇਹ ਪਰਚਾ ਪਹਿਲਾਂ ਜਿਹੜੇ ਇਹੋ ਜਿਹੇ ਸਟੰਟਬਾਜ਼ੀ ਕਰਾਉਣ ਵਾਲੇ ਚੌਧਰੀ ਜਿਹੜੇ ਮੋਢੇ ਦੇ ਉੱਤੇ ਪਰਨਾ ਰੱਖ ਕੇ ਤੁਰ ਪੈਂਦੇ, ਅੱਜ ਚੱਲੀਏ ਮੁੱਛਾਂ ਨੂੰ ਤਾ ਦਿੰਦੇ ਆ, ਉਹਨਾਂ ਦੇ ਖਿਲਾਫ਼ ਹੋਣਾ ਚਾਹੀਦਾ। ਔਰ ਅੱਗੇ ਤੋਂ ਇਹ ਸਖਤੀ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਇੱਦਾਂ ਦਾ ਡਰਾਮਾ ਹੋਇਆ ਜਿਹਦੇ 'ਚ ਕਿਸੇ ਦੀ ਜਾਨ ਗਈ ਨਾ, ਆਖੋ ਕਿਸੇ ਦੀ ਜਾਨ ਜਾ ਸਕਦੀ ਹੈ, ਜਾ ਸਕਦੀ ਕਹਿ ਕੇ ਜਾਨ ਜਾਣ ਤੋਂ ਪਹਿਲਾਂ ਪਹਿਲਾਂ ਇਹੋ ਜਿਹੀ ਕਾਰਵਾਈ ਕਰੋ ਤਾਂ ਕਿ ਅੱਗੇ ਤੋਂ ਕਰਵਾ ਨਾ ਸਕੇ। ਅੱਜ ਵਾਲੀ ਘਟਨਾ ਤੋਂ, ਗੁਰਦਾਸਪੁਰ ਦੀ ਘਟਨਾ ਤੋਂ ਇੱਦਾਂ ਦੀਆਂ 10-12 ਘਟਨਾਵਾਂ ਹੋ ਚੁੱਕੀਆਂ, ਉਹਨਾਂ ਤੋਂ ਸਬਕ ਲੈਣਾ ਚਾਹੀਦਾ, ਅੱਗੇ ਤੋਂ ਲੋਕਾਂ ਦੇ ਪੁੱਤ ਬਚਾਉਣ ਵਾਸਤੇ ਯਤਨ ਕਰਨਾ ਚਾਹੀਦਾ ਜੀ। ਪਨ ਸਾਹਿਬ, ਦਿੱਲੀ ਜਲ ਬੋਰਡ ਦੇ ਖਿਲਾਫ਼ ਲੋਕਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ, ਮਟਕੇ ਲੈ ਕੇ ਚੌਂਕਾਂ ਦੇ ਵਿੱਚ ਜਾ ਕੇ ਧਰਨਾ ਜਿਹੜਾ ਉਹਨਾਂ ਵੱਲੋਂ ਦਿੱਤਾ ਗਿਆ, ਇਸ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦੇ ਦੋ ਪੱਖ ਨੇ। ਪਹਿਲਾ ਪੱਖ, ਦਿੱਲੀ 'ਚ ਪਾਣੀ ਦਾ ਸੰਕਟ ਹੈ ਅਤੇ ਗੰਭੀਰ ਸੰਕਟ ਜੀ। ਦੂਸਰਾ ਪੱਖ, ਰਾਜਨੀਤੀ ਹਰ ਥਾਂ ਦੇ ਉੱਤੇ ਭਾਰੂ ਰਹਿੰਦੀ ਹੈ ਜੀ। ਜਿਹੜੇ ਰਾਜਸੀ ਲੀਡਰ ਆ, ਕਿਸੇ ਦੇ ਬੱਚੇ ਦੇ ਵਿਆਹ ਸ਼ਾਦੀ 'ਤੇ ਆਸ਼ੀਰਵਾਦ ਦੇਣ ਅਤੇ ਤਾਂ ਵੀ ਰਾਜਨੀਤੀ ਕਰਦੇ, ਕਿਸੇ ਦੇ ਬੇਬੇ ਬਾਪੂ ਦੇ ਭੋਗ 'ਤੇ ਬੋਲਣ ਤਾਂ ਵੀ ਰਾਜਨੀਤੀ ਕਰਦੇ ਆ, ਉਹ ਰਾਜਨੀਤਿਕ ਲੀਡਰ ਇਸ ਵੇਲੇ ਦਿੱਲੀ ਦੇ ਵਿੱਚ ਰਾਜਨੀਤੀ ਕਰਦੇ ਪਏ ਜੀ। ਰਾਜਨੀਤੀ ਨਹੀਂ ਤਾਂ ਇਸ ਮਸਲੇ ਦਾ, ਇਸ ਸੰਕਟ ਦਾ ਕੋਈ ਹੱਲ ਕੱਢਿਆ ਜਾਣਾ ਚਾਹੀਦਾ। ਸਾਰਿਆਂ ਨੂੰ ਪਤਾ ਦਿੱਲੀ ਦਾ ਆਪਣਾ ਤਾਂ ਪਾਣੀ ਦਾ ਸਰੋਤ ਕੋਈ ਨਹੀਂ ਜੀ। ਕੋਲੋਂ ਜਮੁਨਾ ਦਰਿਆ ਲੰਘਦਾ,
ਅਸੀਂ ਜਮਨਾ ਜਿਹੜੀ ਵੇਖਦੇ ਰਹੇ ਉਸ ਜਮਨਾ ਨਦੀ 'ਚ ਬਹੁਤ ਪਾਣੀ ਵਗਦਾ ਸੀ ਜੀ। ਹੁਣ ਪਾਣੀ ਉੱਥੇ ਹੈ ਨਹੀਂ, ਪਾਣੀ ਦੇ ਬਜਾਏ ਗੰਦ ਵਗਦਾ, ਉਸ ਗੰਦ ਨੂੰ ਦਿੱਲੀ ਨਹੀਂ ਪੀ ਸਕਦੇ। ਅਰਵਿੰਦ ਕੇਜਰੀਵਾਲ ਦੀ ਸਰਕਾਰ ਫਰਵਰੀ 2015 ਤੋਂ ਬਾਅਦ ਚੱਲਦੀ ਪਈ ਹੈ, 9 ਸਾਲ ਇਹਨੂੰ ਹੋ ਗਏ। ਮੈਂ ਅਰਵਿੰਦ ਕੇਜਰੀਵਾਲ ਦੀਆਂ ਕਈ ਗੱਲਾਂ ਨਾਲ ਸਹਿਮਤ ਨਹੀਂ। ਮਿਸਾਲ ਦੇ ਤੌਰ 'ਤੇ ਮੈਂ ਅੱਗੇ ਵੀ ਕਈ ਵਾਰ ਆਖਿਆ ਕਿ ਇਹ ਕੋਈ ਆਦਤ ਨਹੀਂ ਬਣਾ ਲੈਣੀ ਚਾਹੀਦੀ ਕਿ ਸਵੇਰੇ ਉੱਠ ਕੇ ਬੈਟਰੀ ਦਾ ਕੱਪ ਬਾਅਦ 'ਚ ਪੀਵਾਂਗੇ, ਪਹਿਲਾਂ ਨਰਿੰਦਰ ਮੋਦੀ ਦੇ ਖਿਲਾਫ਼ ਇੱਕ ਬਿਆਨ ਦਾਗ ਦਿਓ, ਅਸੈਂਬਲੀ 'ਚ ਬਜਟ 'ਤੇ ਬੋਲਣਾ ਅਤੇ ਪਹਿਲਾਂ ਨਰਿੰਦਰ ਮੋਦੀ ਦੀ ਇੱਕ ਕਹਾਣੀ ਸੁਣਾ ਦਿਓ, ਕਿੱਸਾ ਸੁਣਾਉਣ ਲੱਗ ਪਓ। ਇਹ ਆਦਤ ਛੱਡਣੀ ਚਾਹੀਦੀ ਹੈ। ਕੇਂਦਰ ਅਤੇ ਰਾਜ ਦੀ ਸਰਕਾਰ ਨੂੰ ਘੱਟੋ ਘੱਟ ਕੁਝ ਨੁਕਤਿਆਂ 'ਤੇ ਤਾਲਮੇਲ ਕਰਨਾ ਚਾਹੀਦਾ ਜੀ। ਪਰ ਕੇਜਰੀਵਾਲ ਤਾਂ ਇੰਨਾ ਕੁ ਕਰਦਾ, ਕੇਂਦਰ ਸਰਕਾਰ ਕੀ ਕਰਦੀ ਹੈ? 2015 ਦੀਆਂ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਸੀ ਤੁਸੀਂ ਦਿੱਲੀ 'ਚ ਭਾਜਪਾ ਨੂੰ ਜਿਤਾ ਦਿਓ, ਅਸੀਂ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇ ਦਿਆਂਗੇ। ਲੋਕਾਂ ਨਹੀਂ ਜਿਤਾਈ ਭਾਜਪਾ, ਫਿਰ ਪੂਰੇ ਰਾਜ ਦਾ ਦਰਜਾ ਦੇਣਾ ਸੀ, ਪਹਿਲਾਂ ਵੀ ਨਹੀਂ ਰਹਿਣ ਤਾਂ ਘਟਾ ਤਾ, ਉਦੋਂ ਬਾਅਦ ਹੋਰ ਘਟਾ ਤਾ, ਹੋਰ ਘਟਾ ਤਾ, ਹੋਰ ਘਟਾ ਤਾ। 2 ਸਾਲ ਪਹਿਲਾਂ ਪਾਰਲੀਮੈਂਟ 'ਚ ਪਾਸ ਕਰਤਾ ਕਿ ਮੁੱਖ ਮੰਤਰੀ ਸਰਕਾਰ ਦਾ ਮਤਲਬ ਮੁੱਖ ਮੰਤਰੀ ਨਹੀਂ ਲੈਫਟੀਨੈਂਟ ਗਵਰਨਰ ਹੋਊਗਾ, ਇਹਦਾ ਮਤਲਬ ਸਾਫ਼ ਆ ਕਿ ਅਸੀਂ ਇਹ ਸਰਕਾਰ ਚੱਲਣ ਨਹੀਂ ਦੇਣੀ। ਹੁਣ ਉਹਦੇ ਉੱਤੇ ਮੁੱਖ ਮੰਤਰੀ 'ਤੇ ਇੰਨੇ ਕੁ ਕੇਸ ਬਣਾ ਤੇ ਕਿ ਉਹ ਜੇਲ੍ਹ 'ਚ ਬੈਠਾ ਰਹੇ। ਮੈਂ ਉਹਨਾਂ ਕੇਸਾਂ ਦੇ ਬਣ ਬਣਾਉਣ ਨਾਲ ਸਹਿਮਤ ਨਹੀਂ। ਬੜੇ ਬੇਢੰਗੇ ਤਰੀਕੇ ਨਾਲ ਕੇਸ ਬਣਾਏ ਗਏ, ਕੇਸ ਕੱਲ੍ਹ ਨੂੰ ਅਦਾਲਤ 'ਚ ਮੰਨੇ ਜਾਂਦੇ ਨਹੀਂ ਮੰਨੇ ਜਾਂਦੇ, ਪਰ ਜਿਹੜੀ ਪੋਲਿਸੀ ਦਾ ਕੇਸ ਉੱਤੇ ਆ, ਭਾਰਤ ਦੇ ਲਗਭਗ ਹਰ ਸੂਬੇ 'ਚ ਉੱਦਾਂ ਪੋਲਿਸੀਆਂ ਚੱਲਦੀਆਂ ਨੇ, ਉੱਥੇ ਕਿਤੇ ਨਹੀਂ। ਵੱਡੇ ਵੱਡੇ ਇੱਥੇ ਉਹਦੇ ਉੱਤੇ ਲੱਗਦਾ ਹੋਊਗਾ 700-800 ਕਰੋੜ ਦਾ ਦੋਸ਼, ਔਰ ਇਹ ਵੀ ਨਹੀਂ ਸੀ ਲੱਗਣਾ ਚਾਹੀਦਾ, ਜੇ ਲੱਗਾ ਤਾਂ ਆਪੇ ਕੇਜਰੀਵਾਲ ਤੋਂ ਉਹਦੀ ਟੀਮ ਦੇ ਵਿੱਚ ਜਵਾਬ। ਪਰ 700-800 ਕਰੋੜ ਦੇ ਜਿਹੜੇ ਇਲਜ਼ਾਮ ਵਾਲੇ ਆ ਉਹ ਜੇਲ੍ਹ 'ਚ ਬੈਠੇ ਹੋਣ, ਜਿਨ੍ਹਾਂ 'ਤੇ 70,000 ਕਰੋੜ ਦਾ ਦੋਸ਼ ਲੱਗਾ ਹੋਵੇ, ਜਿਨ੍ਹਾਂ 'ਤੇ 30,000 ਕਰੋੜ ਦਾ ਦੋਸ਼ ਲੱਗਾ ਹੋਵੇ, ਉਹ ਬੰਦਾ ਇੱਕ 30,000 ਕਰੋੜ ਰੁਪਈਆ ਖਾ ਕੇ ਲਲਿਤ ਮੋਦੀ ਜਾ ਕੇ ਇੰਗਲੈਂਡ 'ਚ ਬੈਠ ਗਿਆ। ਉਹਦਾ ਵਕਾਲਤ ਕਰਨ ਵਾਲੇ ਜਿਹੜੇ ਉਹਨਾਂ ਨੂੰ ਪਾਰਲੀਮੈਂਟ ਮੈਂਬਰ ਬਣਾ ਦਿਓ, ਇਹ ਵੀ ਤਾਂ ਲੋਕ ਵੇਖਦੇ ਪਏ। ਹੁਣ ਸੰਕਟ ਆ ਪਾਣੀ ਦਾ, ਪਾਣੀ ਹਰਿਆਣੇ ਨੂੰ ਜਾਂ ਦੇਣਾ, ਦਿੱਲੀ ਨੂੰ ਦੇਣਾ ਜਾਂ ਹਰਿਆਣੇ ਨੇ, ਜਾਂ ਹਿਮਾਚਲ ਨੇ, ਜਾਂ ਪਰ ਉਹ ਯੂਪੀ ਦੇ ਸਕਦੀ, ਅਸੀਂ ਪੰਜਾਬ ਵਾਲੇ ਤਾਂ ਦੇ ਨਹੀਂ ਸਕਦੇ। ਹਿਮਾਚਲ ਵਾਲੇ ਕਹਿੰਦੇ ਅਸੀਂ ਪਾਣੀ ਨਹੀਂ ਦੇਣਾ ਜੀ, ਹਰਿਆਣੇ ਵਾਲੇ ਕਹਿੰਦੇ ਅਸੀਂ ਨਹੀਂ ਦੇਣਾ, ਯੂਪੀ ਵਾਲੇ ਕਹਿੰਦੇ ਅਸੀਂ ਨਹੀਂ ਦੇਣਾ, ਅਤੇ ਕੇਜਰੀਵਾਲ ਨੇ ਕਿਹੜਾ ਉੱਥੇ ਖੂਹ ਲਾਇਆ ਜਿੱਥੋਂ ਪਾਣੀ ਦੇ ਡੱਬੇ ਕੱਢ ਕੱਢ ਕੇ ਲੋਕਾਂ ਨੂੰ ਵਰਤਾ ਦੂ। ਕੇਂਦਰ ਸਰਕਾਰ ਦੱਸ ਦੇ ਕਿ ਕਿੱਥੋਂ ਲਾਉਣਾ, ਮੁੱਖ ਮੰਤਰੀ ਜੇਲ੍ਹ 'ਚ ਆ, ਉਹ ਜੇਲ੍ਹ 'ਚ ਨਾਮ ਹੀ ਹੋਵੇ ਅਤੇ ਜਦੋਂ ਤੁਸੀਂ ਨਵਾਂ ਕਾਨੂੰਨ ਪਾਸ ਕਰਤਾ ਕਿ ਮੁੱਖ ਮੰਤਰੀ ਕੋਲ ਕੋਈ ਸ਼ਕਤੀਆਂ ਨਹੀਂ, ਲੈਫਟੀਨੈਂਟ ਗਵਰਨਰ ਕੋਲ ਆ, ਮੁੱਖ ਮੰਤਰੀ ਆਪਣੀ ਮਰਜ਼ੀ ਨਾਲ ਇੱਕ ਕਲਰਕ ਦੀ ਬਦਲੀ ਨਹੀਂ ਕਰ ਸਕਦਾ, ਚਪੜਾਸੀ ਦੀ ਬਦਲੀ ਨਹੀਂ ਕਰ ਸਕਦਾ, ਉਹ ਵੀ ਫਾਈਲ ਜਾਵੇ ਅਤੇ IAS ਅਫਸਰ ਰੋਕ ਦਿੰਦੇ ਇਹ ਨਹੀਂ ਕਰਨਾ ਜੀ, ਉਹ ਫਲਾਨਾ ਲੱਗੂਗਾ, ਅਤੇ ਫਿਰ ਉਹਨੂੰ ਕਦਰ ਕਹਿੰਦੇ ਤਾਂ ਉਹਦੇ ਖਿਲਾਫ਼ ਮੁਜ਼ਾਹਰਾ ਕਰਦ ਕਰਦੇ। ਆਹ 2 ਸਾਲ ਪਹਿਲਾਂ ਦੀ ਗੱਲ ਹੈ, ਦਿੱਲੀ ਦੀ ਇੱਕ ਕਲੋਨੀ 'ਚ ਗੁੰਡਿਆਂ ਦੇ ਗੈਂਗ ਨੇ ਇੱਕ ਬੰਦਾ ਕਤਲ ਕਰਤਾ ਜੀ, ਮੁੱਖ ਮੰਤਰੀ ਕੇਜਰੀਵਾਲ ਉਹਦੇ ਘਰ ਅਫਸੋਸ ਕਰਨ ਚਲਾ ਗਿਆ, ਜਦ ਤੱਕ ਬਾਹਰ ਹੋਇਆ ਭਾਜਪਾ ਵਾਲਿਆਂ ਨੇ ਮੁਜ਼ਾਹਰਾ ਕਰਨਾ ਸ਼ੁਰੂ ਕਰਤਾ, ਕੇਜਰੀਵਾਲ ਮੁਰਦਾਬਾਦ ਲੋਕਾਂ ਦੇ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦਾ, ਉਹ ਕਰੇ ਕਿੱਦਾਂ? ਦਿੱਲੀ ਪੁਲਿਸ ਤਾਂ ਕੇਂਦਰ ਦੇ ਅੰਡਰ ਹੈ, ਉਹਦੇ ਕੋਲ ਪੁਲਿਸ ਦਾ ਕੰਟਰੋਲ ਹੀ ਨਹੀਂ ਤਾਂ ਉਹ ਕਿੱਦਾਂ ਕਰਦੇ? ਪਰ ਮੁਜ਼ਾਹਰਾ ਉਹਦੇ ਖਿਲਾਫ਼ ਹੋ ਰਿਹਾ ਸੀ, ਜਦੋਂ ਉਹਦੇ ਕੋਲ ਪੁਲਿਸ ਦਾ ਕੰਟਰੋਲ ਨਹੀਂ, ਪੁਲਿਸ ਸਿੱਧੇ ਕੌਰ ਕਹਿੰਦੇ ਜੀ ਨੈਸ਼ਨਲ ਕੈਪੀਟਲ, ਇਸ ਕਰਕੇ ਪੁਲਿਸ ਸਿੱਧੀ ਕੇਂਦਰ ਦੇ ਕੰਟਰੋਲ 'ਚ, ਉਹ ਕਿੱਦਾਂ ਕਰਦੇ? ਹੁਣ ਪਾਣੀ ਦੇ ਸਵਾਲ ਦੇ ਉੱਤੇ ਵੀ ਮੁਜ਼ਾਹਰਾ ਉਹਦੇ ਖਿਲਾਫ਼ ਹੈ, ਯੂਪੀ ਅਤੇ ਹਰਿਆਣੇ ਦੀਆਂ ਦੋਵੇਂ ਪਾਸੇ ਦੀਆਂ ਸਰਕਾਰਾਂ ਭਾਜਪਾ ਦੀਆਂ, ਹਿਮਾਚਲ 'ਚ ਕਾਂਗਰਸ ਦੀ ਆ,
ਉਹਨਾਂ ਤਿੰਨਾਂ 'ਚ ਕੋਈ ਕੋਪਰੇਟ ਕਰਨ ਨੂੰ ਤਿਆਰ ਨਹੀਂ, ਫਿਰ ਪਾਣੀ ਆਵੇ ਕਿੱਥੋਂ? ਦਿੱਲੀ ਦੇ ਲੋਕ ਇਸ ਵੇਲੇ ਪਾਣੀ ਦੇ ਬਹੁਤ ਵੱਡੇ ਸੰਕਟ ਦੇ ਸ਼ਿਕਾਰ ਨੇ, ਇਹਦਾ ਰਾਹ ਕੱਢਣਾ ਚਾਹੀਦਾ। ਬਦਕਿਸਮਤੀ ਹੈ ਕਿ ਲੋਕਾਂ ਦੀਆਂ ਚੀਕਾਂ ਜਦੋਂ ਨਿਕਲਦੀਆਂ ਪਈਆਂ ਉਦੋਂ ਵੀ ਦਿੱਲੀ 'ਚ ਰਾਜਨੀਤੀ ਕੀਤੀ ਜਾ ਰਹੀ ਹੈ। ਪੰਨੂ ਸਾਹਿਬ, ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਹਾਂ, EVM ਮਸ਼ੀਨ ਨੂੰ ਲੈ ਕੇ ਐਲਨ ਮਸਕ ਹੋਣਾ ਨੇ ਇੱਕ ਟਵੀਟ ਕੀਤਾ ਔਰ ਉਸਦੇ ਉੱਪਰ ਰਾਹੁਲ ਗਾਂਧੀ ਹੋਰਾਂ ਨੇ ਵੀ ਜਿਹੜੀ ਆ ਸਹਿਮਤੀ ਜਤਾਈ ਆ ਕਿ EVM ਇੱਕ ਬਲੈਕ ਬਾਕਸ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ EVM ਦਾ ਐਕਸਪਰਟ ਨਹੀਂ ਜੀ। ਮੈਂ ਤਾਂ ਮੋਬਾਈਲ 'ਚ ਵੀ ਨੁਕਸ ਪੈ ਜਾਵੇ ਅਤੇ ਨਵੇਂ ਬੱਚਿਆਂ ਕੋਲ ਜਾਣਾ ਜਿਹਨੂੰ ਉਹਦੀ ਸਮਝ ਆ ਜੀ। ਮੈਂ ਲੈਪਟਾਪ ਵਰਤਦਾ, ਉਹਦੇ 'ਚ ਮਾੜਾ ਜਿਹਾ ਵੀ ਕਿਤੇ ਫਾਲਟ ਆ ਜੇ ਤਾਂ ਮੈਂ ਲਿਖ ਕੇ ਭੱਜਾ ਜਾਂਦਾ, ਮੈਨੂੰ ਨਹੀਂ ਪਤਾ ਕੁਝ। ਪਰ ਇਹ ਮੈਨੂੰ ਪਤਾ ਕਿ ਜਦੋਂ ਦੀ EVM ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਆਈ ਆ ਉਦੋਂ ਤੋਂ ਲੈ ਕੇ ਇਹਦੇ ਵਿਵਾਦ ਇੰਨੇ ਆ ਜਿਹੜੇ ਮੁੱਕੇ ਕਦੇ ਨਹੀਂ ਜੀ। ਦੂਜੀ ਗੱਲ ਇਹ ਮੈਨੂੰ ਪਤਾ ਕਿ ਇਹਦੀ ਵਰਤੋਂ ਸ਼ੁਰੂ ਹੋਈ ਕਾਂਗਰਸੀ ਸਰਕਾਰ ਵੇਲੇ। ਇਹਦੇ ਉੱਤੇ ਸਭ ਤੋਂ ਪਹਿਲੀ ਉਂਗਲ ਉਠਾਈ ਸੀ ਭਾਜਪਾ ਵਾਲਿਆਂ ਨੇ। ਚੋਣ ਕਮਿਸ਼ਨ ਨੇ ਮੀਟਿੰਗ ਸੱਦੀ, ਉਹਦੇ 'ਚ ਭਾਜਪਾ ਦਾ ਨੈਸ਼ਨਲ ਲੀਡਰ, ਸ਼ਾਇਦ ਉਹ ਵਾਈਸ ਪ੍ਰੈਜ਼ੀਡੈਂਟ ਸੀ ਉਦੋਂ, ਮੁਖਤਾਰ ਅਬਾਸ ਨਕਵੀ, ਉਹ ਉੱਥੇ ਗਿਆ। ਉਹਨੇ ਜਾ ਕੇ ਆਖਿਆ ਜੀ ਸਾਨੂੰ ਸ਼ੱਕ ਹੈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਹੇਰਾਫੇਰੀ ਕਰ ਸਕਦੀਆਂ। ਅੱਜ ਉਹ ਇਹਨਾਂ ਦੀ ਲੀਡਰਸ਼ਿਪ ਹੀ ਨਹੀਂ ਗਾ, ਪਤਾ ਨਹੀਂ ਕਿੱਥੇ ਫਿਰਦਾ। ਇਹਨਾਂ ਨੇ ਜਿੰਨੇ ਕਿਹੋ ਜਿਹੇ ਸੀ ਉਹ ਪਾਸੇ ਕਰ ਦਿੱਤੇ, ਹੁਣ ਇਹ ਉਹਦੇ ਪੱਖ ਵਿੱਚ ਨੇ ਮਸ਼ੀਨ ਦੇ। ਕਈ ਗੱਲਾਂ ਇੱਦਾਂ ਹੋਈਆਂ, ਕਾਂਗਰਸ ਪਾਰਟੀ ਨੇ ਆਧਾਰ ਕਾਰਡ ਸ਼ੁਰੂ ਕੀਤਾ ਸੀ ਅਤੇ ਭਾਜਪਾ ਦੀ ਸਾਰੀ ਲੀਡਰਸ਼ਿਪ ਨੇ ਆਖਿਆ ਸੀ ਆਧਾਰ ਕਾਰਡ ਨਹੀਂ, ਇਹ ਕਾਂਗਰਸ ਦਾ ਫਰਾਡ ਕਾਰਡ ਹੈ। ਹੁਣ ਉਹੀ ਆਧਾਰ ਕਾਰਡ ਹੈ, ਉਹੀ ਉਹਦਾ ਕਾਨੂੰਨ ਹੈ, ਉਹੀ ਉਹਦੀਆਂ ਇੰਸਟਰਕਸ਼ਨਾਂ ਸਾਰੀਆਂ ਨੇ। ਇਹ ਹੁਣ ਬਰਥ ਸਰਟੀਫਿਕੇਟ ਆਧਾਰ ਕਾਰਡ, ਡੈਥ ਸਰਟੀਫਿਕੇਟ ਆਧਾਰ ਕਾਰਡ, ਇਲਾਜ ਕਰਾਉਣਾ ਆਧਾਰ ਕਾਰਡ, ਪਾਸਪੋਰਟ ਬਣਾਉਣਾ ਆਧਾਰ ਕਾਰਡ, ਜੇ ਲੁੱਟੇ ਪੁੱਟੇ ਗਏ ਰਿਪੋਰਟ ਦਰਜ ਕਰਾਉਣੀ ਆਧਾਰ ਕਾਰਡ, ਇਨਕਮ ਟੈਕਸ ਆਧਾਰ ਕਾਰਡ, ਬੈਂਕ ਦਾ ਜੇ ਤੁਸੀਂ ਕਰਜ਼ਾ ਲੈਣਾ ਤਾਂ ਆਧਾਰ ਕਾਰਡ, ਜੇ ਤੁਸੀਂ ਕੋਈ ਗ੍ਰਾਂਟ ਲੈਣੀ ਤਾਂ ਆਧਾਰ ਕਾਰਡ, ਹਰ ਚੀਜ਼ 'ਤੇ ਆਧਾਰ ਕਾਰਡ, ਬੀਮਾ ਕਰਾਉਣਾ ਤਾਂ ਵੀ ਆਧਾਰ ਕਾਰਡ, ਹੋਟਲ 'ਚ ਜਾ ਕੇ ਕਿਤੇ ਰਹਿਣਾ ਤਾਂ ਆਧਾਰ ਕਾਰਡ, ਵੋਟ ਪਾਉਣੀ ਤਾਂ ਆਧਾਰ ਕਾਰਡ। ਉਹ ਆਧਾਰ ਕਾਰਡ ਜਿਹਨੂੰ ਫਰਾਡ ਕਾਰਡ ਕਹਿੰਦੇ ਸੀ, ਹੁਣ ਹਰ ਇੱਕ ਚੀਜ਼ ਦਾ ਆਧਾਰ ਬਣ ਗਿਆ। ਇਹ ਜਿਹੜੀਆਂ ਗੱਲਾਂ ਹੁੰਦੀਆਂ ਪਈਆਂ ਨੇ, ਜੇ ਅਸੀਂ ਇਹ ਵੇਖੀਏ ਤਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਉੱਤੇ ਵੀ ਸਭ ਤੋਂ ਪਹਿਲਾ ਸ਼ੱਕ ਭਾਜਪਾ ਵਾਲਿਆਂ ਨੇ ਉਂਗਲ ਉਠਾਈ ਸੀ ਅਤੇ ਭਾਜਪਾ ਵਾਲੇ ਹੀ ਅੱਜ ਕਹਿੰਦੇ ਆ ਮਸ਼ੀਨਾਂ 'ਚ ਨੁਕਸ ਕੋਈ ਨਹੀਂ। ਜੇ ਨੁਕਸ ਕੋਈ ਨਹੀਂ ਤਾਂ ਤੁਸੀਂ ਝਿਜਕਦੇ ਕਿਹੜੀ ਗੱਲ ਤੋਂ ਜੀ? ਆਪਣੇ ਇਲੈਕਸ਼ਨ ਕਮਿਸ਼ਨ ਨੂੰ ਆਖੋ ਜੀ, ਇੱਕ ਮੀਟਿੰਗ ਸੱਦੇ ਸਾਰੀਆਂ ਪਾਰਟੀਆਂ ਦੀ, ਜਿਹੜੇ ਕਹਿੰਦੇ ਅਸੀਂ ਇਹ 'ਚ ਇਸ ਤਰ੍ਹਾਂ ਹੇਰਾਫੇਰੀ ਕਰਕੇ ਵਿਖਾ ਸਕਦੇ ਹਾਂ, 'ਚ ਹੋ ਸਕਦੀ ਆ, ਉਹ ਕਹਿੰਦੇ ਅਸੀਂ ਆਪਣਾ ਸਾਈਬਰ ਐਕਸਪਰਟ ਨਾਲ ਲਿਆਉਣ ਨੂੰ ਤਿਆਰ ਹਾਂ, ਇਹਦੇ ਨਾਲ ਸਾਡੀ ਮਸ਼ੀਨ ਜੋੜਨ ਦਿਓ, ਤੁਹਾਨੂੰ 10 ਮਿੰਟਾਂ 'ਚ ਅਸੀਂ ਕਰਕੇ ਵਿਖਾ ਦਿੰਦੇ ਹਾਂ, ਅਤੇ ਕਰਕੇ ਵਿਖਾ ਦੇਣ ਦਿਓ। ਜੇ ਉਹ ਨਾ ਕਰ ਸਕੇ ਤਾਂ ਸਾਰੀ ਦੁਨੀਆ ਸਾਹਮਣੇ, ਸਾਰੇ ਦੇਸ਼ ਦੇ ਲੋਕਾਂ ਸਾਹਮਣੇ ਉਹ ਸ਼ਰਮਿੰਦੇ ਹੋ ਜਾਣਗੇ, ਠਿੱਠ ਹੋ ਕੇ ਚੱਲ ਜਾਣਗੇ ਜੀ। ਪਰ ਜੇ ਇਹ 'ਚ ਕੋਈ ਸੱਚ ਹੈਗਾ ਕੋਈ ਦੋਸ਼ਾਂ ਦੇ ਵਿੱਚ, ਤਾਂ ਸੱਚਾਈ ਬਾਹਰ ਆਉਣ ਦਿਓ, ਲੁਕਾਉਂਦੇ ਕਿਉਂ ਜੀ? ਤੁਸੀਂ ਕਰਨ ਕਿਉਂ ਨਹੀਂ ਦਿੰਦੇ? ਇਹਦਾ ਕਰਕੇ ਇਹ ਰੇੜਕਾ ਪਿਆ ਰਿਹਾ ਸੀ, ਪਿਆ ਰਿਹਾ ਸੀ, ਅੱਗੇ ਰੇੜਕਾ ਦੇਸ਼ ਦੇ ਅੰਦਰ ਬਹਿਸ ਚੱਲਦੀ। ਹੁਣ ਇਹ ਬਹਿਸ ਦੇਸ਼ ਦੀ ਹੱਦ ਲੰਘ ਕੇ ਉੱਥੋਂ ਤੱਕ ਚਲੀ ਗਈ ਜਿੱਥੇ ਨਹੀਂ ਸੀ ਜਾਣੀ ਚਾਹੀਦੀ। ਹੁਣ ਦੁਨੀਆ ਪੱਧਰ ਦੇ ਉੱਤੇ ਇੱਕ ਬਹੁਤ ਵੱਡਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਚਲਾਉਣ ਵਾਲਾ ਐਲਨ ਮਸਕ ਆਖੇ ਕਿ ਹਾਂ ਇਹ ਹੋ ਸਕਦਾ, ਇਹਨਾਂ ਵੋਟਿੰਗ ਮਸ਼ੀਨਾਂ 'ਚ ਰੈਫਰੀ ਹੋ ਸਕਦੀ ਹੈ, ਜੇ ਸ਼ੱਕੀ ਨੇ, ਜੇ ਉਹ ਵੀ ਸ਼ੱਕੀ ਕਹਿਣ ਡਿਆ ਤਾਂ ਇਸ ਦੇਸ਼ ਦੇ ਲੋਕ ਉਹਨੂੰ ਕਿਉਂ ਨਾ ਮੰਨਣਗੇ? ਸੋਸ਼ਲ ਮੀਡੀਆ ਦਾ ਜ਼ਮਾਨਾ, ਇਹ ਸ਼ੱਕ ਦੀ ਨਿਵਿਰਤੀ ਹੋਣੀ ਚਾਹੀਦੀ ਆ। ਇੱਦਾਂ ਦੀਆਂ ਉਂਗਲਾਂ ਤਾਂ ਅੱਜ ਕੱਲ੍ਹ ਅਮਰੀਕਾ 'ਚ ਵੀ ਉੱਠਦੀਆਂ। ਡੋਨਲਡ ਟਰੰਪ ਦੇ ਵਕਤ ਵੀ ਉਹ ਆਪ ਰਾਸ਼ਟਰਪਤੀ ਸੀ ਅਤੇ ਉਹਨੇ ਆਖਿਆ ਜੀ ਮਸ਼ੀਨਾਂ 'ਚ ਹੇਰਾਫੇਰੀ ਹੋਈ ਤਾਂ ਮੈਨੂੰ ਹਰਾਇਆ ਗਿਆ। ਜੇ ਤੇਰੇ ਰਾਸ਼ਟਰਪਤੀ ਹੁੰਦਿਆਂ ਵੀ ਮਸ਼ੀਨਾਂ 'ਚ ਹੇਰਾਫੇਰੀ ਹੁੰਦੀ ਆ ਤਾਂ ਤੂੰ ਕੀ ਕਰਦਾ ਸੀ? ਫਿਰ ਉਹਨੇ ਆਖਿਆ ਪਰਚੀਆਂ ਗਿਣੋ, ਉਹ ਪਰਚੀਆਂ 'ਚ ਵੀ ਹਾਰ ਗਿਆ। ਹੁਣ ਜੋ ਵੀ ਇਹ ਲੋਕਾਂ ਦੇ ਮਨ 'ਚੋਂ ਸ਼ੱਕ ਇੱਕ ਵਾਰੀ ਨਿਕਲਣਾ ਚਾਹੀਦਾ, ਜੇ ਨਹੀਂ ਨਿਕਲਦਾ
ਅਤੇ ਸਾਡੇ ਸਾਰੇ ਪ੍ਰਬੰਧ ਵਾਸਤੇ, ਸਾਡੇ ਦੇਸ਼ ਦੇ ਭਵਿੱਖ ਵਾਸਤੇ ਇਹ ਬਹੁਤ ਮਾੜਾ ਹੋਵੇਗਾ। ਕਿਤੇ ਨਾ ਕਿਤੇ ਜਾ ਕੇ ਇਹਦੀ ਇੱਕ ਟੈਸਟਿੰਗ ਹੋ ਜਾਣੀ ਚਾਹੀਦੀ। ਪੰਨੂ ਸਾਹਿਬ, ਅਲਕਨੰਦਾ ਨਦੀ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਵਾਪਰਿਆ। ਇੱਕ ਟੈਂਪੂ ਟਰੈਵਲਰ ਜਿਹੜੀ ਆ ਉਹ ਨਦੀ ਦੇ ਵਿੱਚ ਡਿੱਗਣ ਦੇ ਨਾਲ 14 ਲੋਕਾਂ ਦੀ ਜਿਹੜੀ ਮੌਤ ਹੋ ਗਈ ਆ। ਇਹੋ ਜਿਹੇ ਹਾਦਸੇ ਆਏ ਸਾਲ ਹੀ ਦੇਖਣ ਨੂੰ ਮਿਲਦੇ ਨੇ, ਇਹਨਾਂ ਬਾਰੇ ਤੁਹਾਡਾ ਕੀ ਕਹਿਣਾ? ਆਏ ਸਾਲ ਕਿਉਂ ਕਹਿੰਦੇ ਹੋ? ਆਏ ਮਹੀਨੇ ਕੋ, ਆਏ ਹਫ਼ਤੇ ਕੋ, ਆਏ ਦਿਨ ਕੋ, ਕਈ ਵਾਰੀ ਇੱਕ ਇੱਕ ਦਿਨ 'ਚ ਤਿੰਨ ਤਿੰਨ ਚਾਰ ਚਾਰ ਇਹੋ ਜਿਹੇ ਹਾਦਸੇ ਹੋ ਜਾਂਦੇ ਜੀ। ਜਿਹੜੇ ਲੋਕ ਉੱਥੇ ਮਾਰੇ ਗਏ, 14 ਦੇ ਮੌਤਾਂ ਦੀ ਖਬਰ ਆਈ ਹੈ, ਜਿੰਨੇ ਵੀ ਨੇ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਵੀ ਹਮਦਰਦੀ ਆ, ਅਫਸੋਸ ਹੈ ਕਿ ਮਾਰੇ ਗਏ ਜੀ। ਪਰ ਕੀ ਇਸ ਹਾਦਸੇ ਤੋਂ ਬਾਅਦ ਹਾਦਸੇ ਨਹੀਂ ਵਾਪਰਨੇ? ਕੀ ਪਹਿਲਾਂ ਹਾਦਸੇ ਨਹੀਂ ਵਾਪਰੇ? ਇਹਦੇ 'ਚ ਕੁਝ ਹਾਦਸੇ ਤਾਂ ਉਹ ਆ ਜਿਹੜੇ ਮਨੁੱਖੀ ਅਣਗਹਿਲੀ ਨਾਲ ਵਾਪਰਦੇ ਆ ਅਤੇ ਆਮ ਤੌਰ 'ਤੇ ਵਾਪਰਦੇ ਆ ਜੀ। ਕੁਝ ਹਾਦਸੇ ਮਸ਼ੀਨ ਦੇ ਨੁਕਸ ਕਰਕੇ ਵਾਪਰਦੇ, ਪਰ ਇੱਕ ਗੱਲ ਆਮ ਤੌਰ 'ਤੇ ਵੇਖੀ ਜਾਂਦੀ ਆ ਕਿ ਜਿਹੜੀਆਂ ਸ਼ਰਧਾਲੂਆਂ ਦੀਆਂ ਗੱਡੀਆਂ ਜਾਂਦੀਆਂ ਕਿਸੇ ਵੀ ਧਰਮ ਦੇ ਹੋਣ, ਇੱਕ ਤਾਂ ਉਹਨਾਂ ਦੇ ਮਨ 'ਚ ਸ਼ਰਧਾ ਘੱਟ ਅਤੇ ਵਿਖਾਵਾ ਜ਼ਿਆਦਾ ਹੁੰਦਾ। ਅਸੀਂ ਤਾਂ ਚੱਲੇ ਹਾਂ ਸ਼ਰਧਾ, ਕੁਝ ਤਾਂ ਲੋਕ ਵੱਡੇ ਵੱਡੇ ਝੰਡੇ ਲਾ ਕੇ ਇਸ ਤਰ੍ਹਾਂ ਜਾਂਦੇ, ਹਰ ਇੱਕ ਨੂੰ ਮੋਢੇ ਮਾਰਦੇ, ਜੇ ਕਦੇ ਚਾਹ ਪੀਣ ਵੀ ਜਾਂਦੇ ਆ ਖਲਾਉਂਦੇ ਆ ਅਤੇ ਖੰਘੂਰੇ ਮਾਰ ਮਾਰ ਕੇ ਲਾ ਕੇ ਉਹਨਾਂ ਨੂੰ ਵਿਖਾਉਂਦੇ ਆ ਵੀ ਤੁਹਾਨੂੰ ਪਤਾ ਨਹੀਂ ਅਸੀਂ ਤਾਂ ਪਹਿਲੇ ਪਾਪ ਬਖਸ਼ਾ ਆਏ ਹਾਂ, ਹੋਰ ਕਰਨ ਰਹਿੰਦਾ। ਦੂਸਰੀ ਗੱਲ, ਜਿੱਥੇ ਵੀ ਜਾਂਦੇ ਧਰਮ ਸਥਾਨ 'ਤੇ ਸਾਰੀ ਸੰਗਤ ਉੱਤਰ ਕੇ ਮੱਥਾ ਟੇਕਣ ਜਾਂਦੀ ਆ ਅਤੇ ਡਰਾਈਵਰ ਨਾਲ ਚਲਾ ਜਾਂਦਾ। ਜਦੋਂ ਵਾਪਸ ਆਉਂਦੇ ਆ ਸੰਗਤ ਗੱਡੀਆਂ 'ਚ ਸੌਂ ਜਾਂਦੀ ਆ ਅਤੇ ਡਰਾਈਵਰ ਕਦੋਂ ਸੁੱਤਾ ਹੁੰਦਾ? ਉਹਦੀ ਅੱਖ ਦੀ ਝੋਗ ਲੱਗਦੀ, ਜਦੋਂ ਉਹਦੀ ਅੱਖ ਦੀ ਝੋਗ ਲੱਗਦੀ ਆ ਸਾਰਿਆਂ ਦਾ ਨੁਕਸਾਨ ਹੋ ਜਾਂਦਾ। ਇਹ ਝੋਕਾਂ ਲਗਾਤਾਰ ਲੱਗਣ ਡੀਆਂ ਨੇ। ਸ਼ਰਧਾਲੂਆਂ ਦੀਆਂ ਗੱਡੀਆਂ ਦੇ ਵੱਧ ਹਾਦਸੇ ਹੋਣ ਦਾ ਕਾਰਨ ਇਹ ਆ ਕਿ ਡਰਾਈਵਰ ਸੰਗਤ ਦੇ ਨਾਲ ਮੱਥਾ ਟੇਕਣ ਚੱਲ ਜਾਂਦਾ, ਇਹ ਭਜਨ ਕੀਰਤਨ ਸੁਣਦੇ ਉਹ ਵੀ ਸੁਣਦਾ, ਇਹ ਪੂਜਾ ਪਾਠ ਕਰਦੇ ਉਹ ਵੀ ਕਰਦਾ, ਉਹਨੂੰ ਆਰਾਮ ਨਹੀਂ ਮਿਲਦਾ। ਔਰ ਜਿਹੜੇ ਪ੍ਰਬੰਧਕ ਨੇ ਉਹ ਵੀ ਇਸ ਗੱਲ ਦਾ ਖਿਆਲ ਨਹੀਂ ਰੱਖਦੇ ਵੀ ਡਰਾਈਵਰ ਨੇ ਆਰਾਮ ਨਹੀਂ ਕੀਤਾ। ਤੀਸਰੀ ਗੱਲ ਇਹ ਕਿ ਆਪਾਂ ਇੱਥੇ ਹੋ ਗਏ, ਹੁਣ ਆਪਾਂ ਦੂਜਾ ਵੀ ਛਿੱਤ ਜਾਣਾ, ਇਹ ਜਿਹੜੀ ਭੱਜੜ ਆ ਇਹ ਵੀ ਤੰਗ ਕਰਦੀ ਹੈ। ਆਹ ਜਿਹੜੀਆਂ ਗੱਡੀਆਂ ਜਾਂਦੀਆਂ ਨੇ ਇਹਨਾਂ ਦੇ ਪਿੱਛੇ ਵੇਖੋ, ਰੱਸਿਆਂ ਦੇ ਨਾਲ ਡਾਲਾ ਲਮਕਾ ਕੇ ਬੰਨ੍ਹ ਕੇ ਉਹਦੇ 'ਤੇ ਲੱਤਾਂ ਲਮਕਾ ਕੇ ਬੰਦੇ ਬਿਠਾਏ। ਜਿਹੜੇ ਪੁਰਾਣੇ ਡਰਾਈਵਰ ਸੀ ਉਹ ਕੀ ਕਰਦੇ ਸੀ, ਰੱਸਾ ਉੱਤੋਂ ਬੰਨ੍ਹ ਕੇ ਲਿਆਂਦਾ, ਥੱਲੇ ਲਿਆ ਕੇ ਦੋ ਗੰਢਾਂ ਦਿੱਤੀਆਂ, ਫਿਰ ਉੱਪਰ ਜਾ ਕੇ ਇੱਕ ਗੰਢ ਦਿੱਤੀ, ਫਿਰ ਥੱਲੇ ਲਿਆ ਕੇ ਦੋ ਗੰਢਾਂ ਦੇ, ਫਿਰ ਉੱਤੇ ਜਾ ਕੇ ਦੋ ਗੰਢਾਂ ਦਿੱਤੀਆਂ ਇੱਦਾਂ ਦੀਆਂ। ਹੁਣ ਵਾਲੇ ਡਰਾਈਵਰ ਕੀ ਕਰਦੇ ਆ, ਨਾ ਥੱਲੇ ਗੰਢਾਂ ਦਿੰਦੇ ਨਾ ਉੱਤੇ, ਇੱਕੋ ਰੱਸਾ ਹੇਠਲੇ ਕੁੰਡੇ ਤੋਂ ਪਾਇਆ ਉੱਤੋਂ ਦੀ ਵੜਿਆ ਹੇਠਲੇ ਪਾਇਆ ਉੱਪਰ ਦੀ। ਜੇ ਇੱਕ ਥਾਂ ਤੋਂ ਰੱਸਾ ਕੱਟਿਆ ਜਾਵੇ ਅੱਗੇ ਹਰ ਥਾਂ ਦੇ ਉੱਤੇ ਰੱਸੇ 'ਚ ਮੁੜ ਮੁੜ ਕੇ ਗੰਢਾਂ ਸੀ, ਬਾਕੀ ਦੀਆਂ ਗੰਢਾਂ ਬਚਾਲਦੀਆਂ। ਹੁਣ ਜੇ ਇੱਕ ਥਾਂ ਤੋਂ ਰੱਸਾ ਟੁੱਕਿਆ ਜਾਵੇ ਤਾਂ ਸਾਰੇ ਹੀ ਉਹਨਾਂ ਕੁੰਡਿਆਂ ਵਿੱਚ ਦੀ ਘੁੰਮ ਕੇ ਡਾਲਾ ਖੁੱਲ ਜਾਣਾ, ਸਾਰੇ ਥੱਲੇ ਡਿੱਗਣਗੇ। ਉਹਨਾਂ ਦੇ ਉੱਤੇ ਦੋਹਰੀਆਂ ਛੱਤਾਂ ਪਾਈਆਂ ਜਾਂਦੀਆਂ। ਇਹ ਛੱਤਾਂ ਕਾਨੂੰਨੀ ਤੌਰ 'ਤੇ ਨਹੀਂ ਪਾਈਆਂ ਜਾ ਸਕਦੀਆਂ, ਪਰ ਭਾਰਤ ਵਿੱਚ ਕਾਨੂੰਨੀ ਕੰਮ ਘੱਟ ਹੁੰਦੇ, ਗੈਰ ਕਾਨੂੰਨੀ ਵੱਧ ਹੁੰਦੇ ਆ, ਇਹਨੂੰ ਕੋਈ ਚੈੱਕ ਨਹੀਂ ਕਰਦਾ। ਧਰਮ ਸਥਾਨਾਂ 'ਤੇ ਜਾ ਕੇ ਵੇਖ ਲਓ, ਖਾਸ ਕਰਕੇ ਪਹਾੜਾਂ 'ਚ ਜਿਹੜੇ ਜਾਂਦੇ ਨੇ ਉਹ ਕਿਸੇ ਵੀ ਧਰਮ ਦੇ ਹੋਣ, ਰਾਜ ਪਾਣੀ ਦੀਆਂ ਬੋਲਾਂ ਪੀਂਦੇ, ਉਹ ਮਾਰਦੇ ਭੁਆ ਕੇ ਬਾਪੂ ਦਾ ਰਸਮ ਜਿਹਾ, ਇਹਨਾਂ ਗੰਦ ਪਾਉਂਦੇ ਜਾਂਦੇ ਨੇ, ਲੋਕਲ ਦੁਕਾਨਦਾਰਾਂ ਨਾਲ ਝਗੜਾ। ਔਰ ਫਿਰ ਹਰ ਕੋਈ ਕਹਿੰਦਾ ਜੀ ਸਾਡੇ ਧਾਰਮਿਕ ਸੰਗਤ ਗਈ ਸੀ ਉੱਥੇ ਹਮਲਾ ਹੋ ਗਿਆ। ਅੱਗੇ ਯੂਪੀ 'ਚ ਕਾਂਵੜੀਆਂ 'ਤੇ ਬਹੁਤ ਹਮਲੇ ਹੁੰਦੇ ਸੀ, ਹੁਣ ਉਹ ਸਰਕਾਰ ਉਹਨਾਂ ਦੇ ਜਿਹੜੇ ਕਾਂਵੜੀਆਂ ਦੀ ਯਾਤਰਾ ਦੇ ਦਿਨਾਂ 'ਚ ਉੱਚੇ ਪ੍ਰਬੰਧ ਕਰਕੇ ਪੁਲਿਸ ਦੇ ਪਬਲਿਕ ਨੂੰ ਪਾਸੇ ਕਰਨ ਲੱਗ ਪਈ ਆ। ਇੱਦਾਂ ਹੋਰ ਥਾਂ 'ਤੇ ਜੋ ਪ੍ਰਬੰਧ ਕਰਨੇ ਮਰਜ਼ੀ ਕਰੀ ਜਾਓ, ਪਰ ਜੇ ਸ਼ਰਧਾਲੂਆਂ ਦੇ ਮਨ ਵਿੱਚ ਸ਼ਰਧਾ ਨਾਲੋਂ ਵਿਖਾਵਾ ਭਰੂ ਹੋਵੇ, ਜੇ ਡਰਾਈਵਰ ਨੂੰ ਆਰਾਮ ਕਰਨ ਦਾ ਮੌਕਾ ਨਾ ਜਾਵੇ ਦਿੱਤਾ ਜਾਵੇ, ਜੇ ਕਾਨੂੰਨ ਲਾਗੂ ਨਾ ਕੀਤੇ ਜਾਣ ਆਵਾਜਾਈ ਦੇ, ਇਹ ਹਾਦਸੇ ਰੁਕਣੇ ਨਹੀਂ,
ਸਾਨੂੰ ਅਫਸੋਸ ਹੈ ਕਿ ਕੱਲ੍ਹ 14 ਲੋਕਾਂ ਦੀ ਮੌਤ ਹੋ ਗਈ ਆ, ਪਰ ਇਦੋਂ ਵੀ ਜ਼ਿਆਦਾ ਅਫਸੋਸ ਇਹ ਆ ਕਿ ਹਾਦਸਾ ਅਖੀਰਲਾ ਨਹੀਂ ਹੋਣਾ। ਅੱਜ ਰਾਤ ਤੋਂ ਭੜਕ ਨੂੰ ਪਰਸੋਂ ਨੂੰ ਫਿਰ ਹੋ ਜਾਣਾ, ਹਾਦਸੇ ਹੁੰਦੇ, ਅਸੀਂ ਸਿਰਫ ਅਫਸੋਸ ਕਰ ਸਕਦੇ। ਪੰਨੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੇ ਖਬਰਾਂ ਤੇ ਚਰਚਾ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇ ਵਿੱਚ ਅੱਜ ਸਿਰਫ ਇੰਨਾ ਹੀ, ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਫਿਲਹਾਲ ਮੈਨੂੰ ਪਰਮ ਸਿੰਘ ਨੂੰ ਦਿਓ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।